मेरे पंजाबी वीरो एक बार फिर तो तुहाडा स्वागत है आकाश के यूट्यूब चैनल के उत्ते। अज काफ़ी टाइम बाद तुहाडे नाल टाइम लग्या गा आउंदा क्योंकि पहला बिजी बड़ा चलते सी। अज असी तुहाडे नाल गल्लां बातां करांगे कि इंडिया तो टूरिस्ट वीज़ा ते जो बंदा आउंदा किदां दा फील करदा वो तुहानू दस्सणगे कि किवें उन्होंने आके उरे उन्होंने की फर्क लग्या इंडिया दे नालों, क्योंकि लास्ट मंथ मेरे फादर साहब आए सीगे। आ जाओ तुहाडे नाल मैं ते आकाश उन्हां गल्लां मारदे आ। आ जाओ जी, बहुत वधिया लग्या क्योंकि बाकी तां जिवें पंजाबी दी कहावत है जिहड़े मुर्ग दा खाईए उहदा बुरा नहीं मंगीदा, पर अपने इंडिया नालों इत्थे आस्ट्रेलिया दा धरती समान दा फर्क है। इतने इन्ना वधिया सिस्टम है जिन्होंने आप निंद नहीं सकते, किसी लफ्ज़ां तों आप सराहना कर ही नहीं सकते है। जिहड़े पासे चले जाओ, खाण पीना चले जाओ या ट्रैफिक सिस्टम चले जाओ, किसी पासे चले जाओ, बहुरिया सिस्टम है। इतने आके बड़ा जी लगता है। मैं तो यही बेनती करता भी जिन्हें बच्चे अपने पढ़े लिखे ने इधर जरूर दर्शन दिओ आने वास्ते। वातावरण का की फर्क लग्या, मतलब कि भी जिवें इंडिया तो गर्मी च निरी गर्मी हो, ठंड च निरी धुंद है, इत्थे हुण की मौसम चलता कि किवें फर्क है इंडिया नालों? उरे देखो बेटा, उरे जिहड़ा मौसम है ये नहीं पता 10 मिनट बाद मीह पै जाए जां 5 मिनट बाद गर्मी हो जाए। हुण सियाल दा मौसम चल रहा है पर बहुत वधिया मौसम है, ना गर्मी है ना ठंड है। तो इत्थे मतलब आके अपने तुसीं बाहर जांदे होंगे, उत्थे पार्कां च मिलदे हो ਜਿਹੜੇ ਬਜ਼ੁਰਗ ਨੇ ਉਹ ਕੀ ਕਹਿੰਦੇ ਨੇ ਵੀ ਉਹਨਾਂ ਨੂੰ ਵੀ ਇੱਥੇ ਵਧੀਆ ਲੱਗਿਆ ਕਿ ਜਾਂ ਫਿਰ? ਉੱਥੇ ਦੇਖੋ ਜਿਹੜੇ ਬੱਚੇ, ਮੈਂ ਉੱਥੇ ਨੋਬਲ ਪਾਰਕ ਹੈ, ਉੱਥੇ ਮੈਂ ਉੱਥੇ ਜਾਂਦਾ ਡੇਲੀ ਸ਼ਾਮ ਨੂੰ 4 ਘੰਟੇ ਬਿਤਾ ਕੇ ਆਉਣਾ, ਅਤੇ ਉੱਥੇ ਜੋ ਬਜ਼ੁਰਗ ਮਿਲਦੇ ਨੇ ਆਪਣੇ ਇੰਡੀਆ ਤੋਂ ਆਏ ਹੋਏ ਉਹ ਕਹਿੰਦੇ ਵੀ ਬਹੁਤ ਵਧੀਆ ਸਿਸਟਮ ਆਪਣੇ ਉਰੇ, ਅਤੇ ਜੀ ਕਰਦਾ ਵੀ ਇੱਥੇ ਰਹੀਏ ਪਰ ਮਜ਼ਬੂਰੀਆਂ ਨੇ ਉਰੇ ਨਹੀਂ ਰਹਿ ਸਕਦੇ। ਅਤੇ ਉਰੇ ਫਿਰ ਉਹਦੇ ਬਾਰੇ ਵੀ ਦੱਸੋ ਕਿ ਜਿਵੇਂ ਉਰੇ ਆਉਂਦਾ ਬੰਦਾ ਉਰੇ ਦਵਾਈਆਂ ਜਿਹੜੇ ਇੰਡੀਆ ਤੋਂ ਲੈ ਕੇ ਆਉਂਦੇ ਨੇ ਦਵਾਈਆਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਇੰਡੀਆ ਤੋਂ ਲੋੜ ਤੋਂ ਵੱਧ ਦਵਾਈਆਂ ਜਾਂ ਖਾਣ ਪੀਣ ਦਾ ਸਮਾਨ ਲੈ ਕੇ ਆਉਣ ਜਾਣਾ, ਤੁਹਾਨੂੰ ਕਿਵੇਂ ਲੱਗਿਆ ਵੀ ਇੱਥੇ ਸਿਕਿਉਰਿਟੀ ਹੈਗੀ ਆਪਣੇ? ਕਹਿੰਦੇ ਨੇ ਕਾਲੇ ਲਫਾਫਿਆਂ 'ਚ ਪਾ ਕੇ ਚੀਜ਼ ਆ ਜਾਂਦੀ ਹੈ, ਕੀ ਕਹੋਗੇ ਉਹਦੇ ਬਾਰੇ? ਦੇਖੋ ਇਹ ਬਿਲਕੁਲ ਗਲਤ ਹੈ ਜੀ ਵੀ ਆਪਾਂ ਉਹ ਤੋਂ ਕੁਛ ਲੈ ਕੇ ਛੁਪਾ ਕੇ ਲਿਆਵਾਂਗੇ ਵੀ ਆਪਾਂ ਜਿਵੇਂ ਆਪਣੇ ਇੰਡੀਆ 'ਚ ਇਲਾਕਿਆਂ ਕਰਦੇ ਹਾਂ ਉਰੇ ਨਹੀਂ ਚੱਲਦੀਆਂ ਹੈਗੀਆਂ, ਉਹ ਤਾਂ ਦਿੱਲੀ ਏਅਰਪੋਰਟ 'ਤੇ ਖਤਮ ਹੋ ਜਾਣਗੀਆਂ। ਜੇ ਮਾੜੇ ਮੋਟੇ ਰਹਿ ਗਏ ਤਾਂ ਇੱਥੇ ਕੱਢ ਲੈਣਗੇ ਆਪਣੇ ਮਹਿਲ ਬਣਾ ਕੇ ਕੱਢ ਲੈਣਗੇ ਵੀ ਕੁਛ ਨਾ ਲੈ ਕੇ ਆਓ, ਇੱਥੇ ਕਿਸੇ ਦੀ ਲੋੜ ਨਹੀਂ ਪੈਂਦੀ ਹੈਗੀ। ਜਿਵੇਂ ਆਪਾਂ ਇੱਥੇ ਆਮ ਤੇਜ਼ਾਬ ਦੀਆਂ ਗੋਲੀਆਂ ਹੋਰ ਲਾਟਨ ਪਟਰਨ ਖਾਂਦੇ ਹਾਂ, ਉਰੇ ਕੋਈ ਖਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਰੇ ਜਿਹੜੇ ਆਪਣੇ ਖਾਣੇ ਮਿਲਦੇ ਨੇ ਉਹਦੇ ਵਿੱਚ ਪ੍ਰੋਟੀਨ ਹੈਗੀ ਹੈ ਅਤੇ ਉਹਦੇ ਵਿੱਚ ਫੈਟ ਨਹੀਂ ਹੈਗੀ। ਇਸ ਕਰਕੇ ਬਹੁਤ ਵਧੀਆ ਸਿਸਟਮ ਹੈ ਖਾਣ ਪੀਣ ਦਾ, ਕੋਈ ਲੋੜ ਨਹੀਂ ਕਿਸੇ ਦਵਾਈ ਲੈ ਕੇ ਆਉਣ ਦੀ ਇੱਥੇ। ਮਤਲਬ ਫਿਰ ਵੀ ਜੇ ਕਿਸੇ ਨੂੰ ਕੋਈ ਜ਼ਿਆਦਾ ਦਵਾਈ ਹੈ ਤਾਂ ਉਹ ਮਿਲਦੀ ਹੈ, ਉਹ ਆਰਾਮ ਨਾਲ ਮਿਲ ਸਕਦੀ ਹੈ। ਤੁਸੀਂ ਅੱਜ ਦੇਖਿਆ ਜਾ ਕੇ ਦਵਾਈਆਂ ਵੀ ਵਾਧੂ ਪਈਆਂ ਨੇ? ਹਾਂਜੀ ਹਾਂ, ਦੇਖੋ ਮੈਂ ਜਾ ਕੇ ਆਇਆ ਮੌਲ 'ਚ, ਮੈਡੀਸਨ ਦਾ ਮੌਲ ਸੀ, ਮੈਂ ਜਾ ਕੇ ਦੇਖ ਕੇ ਆਇਆ। ਉੱਥੇ ਜਾ ਕੇ ਆਪਦੀ ਕੋਈ ਮਰਜ਼ੀ ਮੈਡੀਸਨ ਲਓ, ਉਹਦੇ ਕੋਲ ਕੋਈ ਪ੍ਰੋਬਲਮ ਨਹੀਂ ਹੈਗੀ ਵਿੱਚ। ਤੇ ਹੋਰ ਫਿਰ ਇੱਥੇ ਕਿਵੇਂ ਕਹਿਣਾ ਲਾਈਫ ਕਿਵੇਂ ਇੱਥੇ ਬੰਦੇ ਜਿਵੇਂ ਇੰਡੀਆ 'ਚ ਸਵੇਰੇ ਹੈ ਨਾ ਚਾਹ ਪੀ ਕੇ ਸੱਥ 'ਚ ਵਜਾ ਕੇ ਤਾਂ ਸੁੱਟਣ ਲੱਗ ਜਾਂਦੇ ਨੇ, ਤੇ ਇੱਥੇ ਦੱਸੋ ਚਾਹ ਪੀ ਕੇ ਲੋਕ ਕਿੱਥੇ ਜਾਂਦੇ ਨੇ? ਨਹੀਂ ਜੀ, ਚਾਹ ਪੀਂਦੇ ਨੇ ਕਿ ਨਾ? ਕੀ ਚਾਹ ਵੀ? ਹਾਂ ਦੱਸੋ। ਬਾਕੀ ਦੇਖੋ ਜੀ ਆਪਣਾ ਇੰਡੀਆ ਸਿਸਟਮ ਕੁਛ ਹੋਰ ਹੈ, ਪਹਿਲਾਂ ਮੈਂ ਕਹਿ ਕੇ ਹਟਿਆ ਵੀ ਜਿਹੜੇ ਮੁਰਗਾ ਖਾਈ ਉਹਦਾ ਪੁਰਾਣੀ ਮੰਗੀ ਦਾ, ਪਰ ਜਿਹੜੇ ਇੱਥੇ ਸਿਸਟਮ ਹੈ ਇੱਥੇ ਸਵੇਰੇ ਚਾਹ ਪੀਤੀ ਅਤੇ ਬਿਸਤਰਾ ਛੱਡਿਆ ਅਤੇ ਗੋ ਕੰਮ 'ਤੇ, ਕੰਮ 'ਤੇ ਸ਼ਾਮ ਨੂੰ 9 ਵਜੇ 10 ਵਜੇ ਜੀ ਖਾਣਾ ਖਾ ਕੇ ਫਿਰ ਸੌ ਜਾਂਦੇ ਹਾਂ, ਸਵੇਰੇ 5 ਵਜੇ ਉੱਠੇ ਚਾਹ ਪੀ ਕੇ ਫਿਰ ਚਲੇ ਜਾਂਦੇ। ਇੱਥੇ ਉਹ ਤਾਂ ਟਾਈਮ ਹੀ ਨਹੀਂ ਹੈਗਾ ਵੀ ਆਪਾਂ ਕਿਸੇ ਵਾਸਤੇ ਕੋਈ ਮਾੜੀ ਸੋਚਾਂਗੇ ਜਾਂ ਮਾੜਾ ਕੰਮ ਕਰਾਂਗੇ। ਅਤੇ ਕੰਮ ਦਾ ਫਰਕ ਦੱਸੋ ਸੋਚ ਨਹੀਂ ਦਾ ਲੋਕਾਂ ਦਾ, ਜਿੱਦਾਂ ਉੱਥੇ ਕੰਮ ਕਰਦੇ ਆਪਾਂ ਛੋਟਾ ਮੋਟਾ ਜਿਵੇਂ ਰੇਹੜੀਆਂ ਅਤੇ ਵਗੈਰਾ ਦੇ, ਉੱਥੇ ਆਪਣੇ ਲੋਕ ਕੀ ਕਹਿੰਦੇ ਅਤੇ ਉਰੇ ਦੀ ਸੋਚ ਲੋਕਾਂ ਦੀ ਗੋਰਿਆਂ ਦੀ ਸੋਚ ਦਾ ਕੀ ਫਰਕ? ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਉਰੇ ਆਪਾਂ ਆ ਗਏ ਇੱਥੇ ਆਪਣਾ ਮਿਸ਼ਨ ਹੈ ਕੰਮ ਕਰਨ ਦਾ, ਇੱਥੇ ਧਿਆਨ ਕੰਮ ਕਰਨ ਵਾਲੀ ਹੈ। ਹਾਂਜੀ, ਇੱਥੇ ਆਪਣੇ ਇੰਡੀਆ 'ਚ ਸਿਸਟਮ ਇਹ ਹੈ ਵੀ ਉਹ ਸਾਲਾ ਚੰਗੇ ਕੰਮ ਕਿਉਂ ਕਰਦਾ ਹੈ ਵੀ ਮੈਂ ਉਹਦੀ ਵਿਰੋਧਤਾ ਕਰਾਂ, ਆਪਾਂ ਉਹਨੂੰ ਦੇਖ ਕੇ ਨਹੀਂ ਜਾਂਦੇ ਹੈਗੇ। ਜਿਹੜਾ ਇੱਥੇ ਸਿਸਟਮ ਹੈ ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈਗਾ, ਕੋਈ ਨੀਚ ਨਹੀਂ, ਕੋਈ ਊਚ ਨਹੀਂ, ਕੋਈ ਧਰਮ ਨਹੀਂ, ਕੋਈ ਜਾਤ ਨਹੀਂ, ਕੁਛ ਨਹੀਂ ਹੈਗਾ। ਹਰੇਕ ਨੇ ਆਪਦਾ ਕਰਮ ਕਮਾਉਣ ਦੇ ਕਰਮ ਖਾਣਾ ਆਉਂਦਾ। ਉਰੇ ਹੁਣ ਤੁਸੀਂ ਜਿੱਦਣ ਦੇ ਕੋਈ ਧਰਨਾ ਲੱਗਿਆ ਦੇਖਿਆ ਹੈਗਾ? ਧਰਨਾ ਕੋਈ ਦੇਖੋ ਜੀ, ਜਿੱਦਣ ਮੈਂ ਉਰੇ, ਮੈਨੂੰ 22-23 ਦਿਨ ਹੋ ਗਏ ਉਰੇ ਆਏ ਨੂੰ, ਮੈਂ ਕੋਈ ਧਰਨਾ ਨਹੀਂ ਦੇਖਿਆ, ਮੈਂ ਕੋਈ ਰੋਡ ਐਕਸੀਡੈਂਟ ਨਹੀਂ ਦੇਖਿਆ ਹੈਗਾ, ਅਤੇ ਮੈਂ ਕੋਈ ਐਂਬੂਲੈਂਸ ਨਹੀਂ ਦੇਖੀ ਹੈਗੀ, ਨਾ ਮੈਂ ਨਾਕਿਆਂ ਦੇ ਕਿਤੇ ਖੜੀ ਪੁਲਿਸ ਦੇਖੀ ਇੱਥੇ ਵੀ ਪੁਲਿਸ ਖੜੀ ਚੈਕਿੰਗ ਕਰ ਗਈ ਜਾਂ ਉਹ ਕਰ ਰਹੀ ਹੈ, ਕੁਛ ਨਹੀਂ ਹੈਗਾ ਇੱਥੇ ਵੀਰ ਜੀ। ਆਇਆ ਸਿਸਟਮ ਤਾਂ ਉਰੇ ਹੈ ਹੀ ਨਹੀਂ ਬਿਲਕੁਲ ਵੀ। ਉਹ
क्यों नहीं सरकारां करके देखो सरकार। देखो वो ता नहीं है उसका प्रशासन और सरकार जो मंत्री जिम्मे अपने इंडिया के मंत्री दाखिल देंगे ने प्रशासन के काम च दाखिल देंगे और है नहीं सिस्टम ही बिल्कुल भी इतने कोई दखल दी है ही नहीं जो पुलिस ने अपने इंडिया का एक आई जी उरे एक उरे का एक सिपाही जी बराबर ने बराबर ते ना रिश्वत वगैरह ना भाई जी बिल्कुल नहीं कुछ भी नहीं है कुछ भी जो काम है सही है नाप तोल है सही है ते इत्थे कोई बड़ा नहीं कोई छोटा नहीं है भावे कोई मंत्री भावे सिपाही है कुछ मर्जी है इतने काम सही होंगे बिल्कुल सारे बिल्कुल सारा एको तकड़े तोले जाए जिम्मे कहने बाबे नानक की तकड़ी है 13 तोल दी है तेरह तेरह तोल दी है पीण वास्ते सोध के फिर पीण वास्ते वरतदी है इत्थे कोई आरओ सिस्टम नहीं है इत्थे कुछ नहीं है ना कोई बोर लग्या होया कुछ नहीं है इत्थे है कुछ भी ਇੱਥੇ ਸਾਰਾ ਕੁਝ ਮਤਲਬ ਟੈਕਨੋਲੋਜੀ ਦੇ ਅਕੋਰਡਿੰਗ ਹਾਈ ਹੋਇਆ ਤੇ ਬਈ ਉਹਨਾਂ ਬਾਰੇ ਕੀ ਕਹੋਗੇ ਜਿਹੜੇ ਇੰਡੀਆ 'ਚ ਬੈਠੇ ਕਈ ਕਹਿੰਦੇ ਹੁੰਦੇ ਨੇਗੇ ਬਾਹਰਲੇ ਦਾ ਨਜ਼ਾਰੇ ਲੈਂਦੇ ਨੇ ਉਹਨਾਂ ਨੂੰ ਤਾਂ ਐਸ਼ ਨੇ ਵਧੀਆ ਖਾਂਦੇ ਨੇ ਵਧੀਆ ਪੀਂਦੇ ਨੇ ਵੀ ਉਹ ਐਸ਼ ਉਰੇ ਹੈਗੀ ਆ ਤੇ ਉਹ ਦੁਬਲਾ ਕੰਮ ਕਿੰਨਾ ਕੁ ਹੈ ਦੇਖੋ ਵੀਰ ਜੀ ਜਿਹੜੀ ਗੱਲ ਕਰ ਤੁਸੀਂ ਕਰਦੇ ਹੋ ਐਸ਼ ਦੀ ਐਸ਼ ਤਾਂ ਨਹੀਂ ਹੈਗੀ ਇੱਥੇ ਦੇਖੋ ਆਪਣੇ ਬੱਚੇ ਨੇ ਇਹ ਇੱਕ ਦਿਨ ਸੰਡੇ ਇਹਨੂੰ ਛੁੱਟੀ ਮਿਲਦੀ ਹੈ ਬਾਕੀ ਤਾਂ ਇਹ ਨਹੀਂ ਪਤਾ ਸਵੇਰੇ 5 ਵਜੇ ਚਲੇ ਜਾਂਦੇ ਸ਼ਾਮ ਨੂੰ 10 ਵਜੇ 10 ਵਜੇ ਜਾ ਕੇ ਪੈਂਦੇ ਨੇ ਸਵੇਰੇ 5 ਵਜੇ ਫਿਰ ਚਲੇ ਜਾਂਦੇ ਨੇ ਇਹਨਾਂ ਰੀਲ ਵਾਲੀ ਰਹਿੰਦੀ ਕਹਿੰਦੇ ਨੇ ਇਹਨਾਂ ਕੁੜੀ ਦਾ ਧਿਆਨ ਹੈਗਾ ਵੀ ਮੈਂ ਕੀ ਘਰੇ ਫੋਨ ਕਰਨਾ ਕਿ ਨਹੀਂ ਕਰਨਾ ਰਾਸਤੇ ਦੇ ਕਾਲ ਕੋਈ ਘਰੇ ਹੋਗੀ ਅਟੈਂਡ ਹੋਗੀ ਜਾਂ ਨਹੀਂ ਹੋਗੀ ਉਹ ਤਾਂ ਵੱਖਰੀਆਂ ਗੱਲਾਂ ਨੇ ਇਹਨਾਂ ਕੋਲ ਕੋਈ ਫਲ ਉੱਡਿਆ ਨਹੀਂ ਹੈਗਾ ਇਹਨਾਂ ਜ਼ਿੰਦਗੀ ਬਹੁਤ ਹੀ ਰਜਿਵਾ ਭਰੀ ਜ਼ਿੰਦਗੀ ਇਹਨਾਂ ਦੀ ਇੱਥੇ ਦੇ ਬੱਚਿਆਂ ਤੇ ਇੱਕ ਹੋਰ ਹੀ ਜਿਹੜੇ ਇੰਡੀਆ ਬੈਠੇ ਨੇ ਨਾ ਫੋਨ ਫਾਨ ਕਰਦੇ ਰਹਿੰਦੇ ਨੇ ਸਾਨੂੰ ਮੈਸੇਜ ਵਗੈਰਾ ਆਈਫੋਨ ਆ ਗਿਆ ਆਈਫੋਨ 14 ਫੇਰ ਨਹੀਂ ਵਿਹਲੇ ਬੈਠੇ ਉਹ ਕਰੀ ਜਾਂਦੇ ਨੇ ਉਹਨਾਂ ਬਾਰੇ ਨਾ ਜੀ ਨਾ ਨਾ ਬਿਲਕੁਲ ਵੀਰ ਜੀ ਹੱਥ ਮਾਰ ਕੇ ਮੇਰੀ ਬੇਨਤੀ ਤੁਹਾਡੇ ਸਾਰੇ ਭਰਾਵਾਂ ਨੂੰ ਵੀ ਇਹਨਾਂ ਨੂੰ ਇਹੋ ਜਿਹੀ ਚੀਜ਼ ਵਾਸਤੇ ਨਹੀਂ ਨਾ ਮਜਬੂਰ ਕਰਿਆ ਕਰੋ ਕਿਉਂਕਿ ਰਾਹ ਪੈ ਜਾਣੀ ਹੈ ਕਹਿੰਦੇ ਵਾਹ ਪੈ ਜਾਣੀ ਹੈ ਉੱਥੇ ਪਤਾ ਲੱਗਦਾ ਵੀ ਇਹ ਬੱਚੇ ਉਰੇ ਆਪਣੇ ਕਿੰਨੀ ਆ ਕੇ ਮਿਹਨਤ ਕਰਦੇ ਨੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਆਪਣਾ ਇਹਨਾਂ ਨੇ ਦੇਖੋ ਘਰ ਵੀ ਲੈਣਾ ਕਿਰਾਏ 'ਤੇ ਆਪਦਾ ਖਰਚਾ ਵੀ ਉੱਠਣਾ ਹੈ ਅਤੇ ਆਪਣੇ ਸਕੂਲ ਦੀਆਂ ਫੀਸਾਂ ਵੀ ਭਰਨੀਆਂ ਨੇ ਬੱਚਿਆਂ ਦੀਆਂ ਅਤੇ ਇਹ ਨਾ ਕਿਹਾ ਕਰੋ ਬਿਲਕੁਲ ਵੀ ਹੱਥ ਮੰਨ ਕੇ ਮੇਰੇ ਦੁਆਰੇ ਫਿਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਇਹਨੂੰ ਇਹ ਨਾ ਕਿਹਾ ਕਰੋ ਸਾਨੂੰ ਮੋਬਾਈਲ ਫੋਨ ਭੇਜ ਦਿਓ ਬਹੁਤ ਔਖਾ ਹੈ ਸਿਸਟਮ ਉਹਦੇ ਬਾਈ ਅਤੇ ਇੱਕ ਉਹ ਦੱਸ ਦਿਓ ਐਂਡ 'ਤੇ ਕਿ ਹੁਣ ਫਰਕ ਤੁਹਾਨੂੰ ਵਧੀਆ ਲੱਗਿਆ ਇੰਡੀਆ ਨਾਲੋਂ ਆਸਟ੍ਰੇਲੀਆ ਵੈਸੇ ਸਾਰੀ ਸਾਫ਼ ਸਫਾਈ ਮੈਂ ਦੇਖੋ ਤੁਹਾਨੂੰ ਪਹਿਲਾਂ ਕਹਿ ਰੱਖਿਆ ਵੀ ਦੇਖੋ 51 ਸਾਲ ਦੀ ਉਮਰ ਹੋ ਗਈ ਮੈਂ ਇੰਡੀਆ 'ਚ ਆਇਆ ਅਤੇ ਜਿਹੜੇ ਕਹਿੰਦੇ ਮੁਲਕ ਦਾ ਖਾਈਏ ਭਾਂਡੀ ਦਾ ਨਹੀਂ ਹੁੰਦਾ ਪਰ ਫਿਰ ਵੀ ਮੈਨੂੰ ਕਹਿਣਾ ਪੈ ਰਿਹਾ ਵੀ ਆਪਣੇ ਸਰਕਾਰਾਂ ਦੇ ਹਾਲਾਤ ਦੇਖ ਕੇ ਵੀ ਜਿੰਨਾ ਸਿਸਟਮ ਉਰੇ ਵਧੀਆ ਹੈ ਮੈਂ ਨਹੀਂ ਕਿਤੇ ਦੇਖਿਆ ਹੈਗਾ 50 ਸਾਲ ਦੀ ਉਮਰ 'ਚ 51 ਸਾਲ ਦੀ ਉਮਰ 'ਚ ਮੈਂ ਨਹੀਂ ਦੇਖਿਆ ਕਿਤੇ ਸੁੱਧ ਖਾਣੇ ਨੇ ਨਾ ਸਾਲਾ ਮੁੜ ਕੇ ਆ ਕੇ ਇੰਡੀਆ ਦਾ ਉਰੇ ਆ ਕੇ ਤੇਜ਼ਾਬ ਬਣੇ ਨਾ ਕੁਛ ਹੋ ਰਿਹਾ ਕੁਛ ਨਹੀਂ ਹੈਗਾ ਇੱਥੇ ਅਤੇ ਇੱਕੋ ਵੀਜ਼ੇ ਦਾ ਪ੍ਰੋਸੈਸ ਦੱਸੋ ਕਿ ਕਈਆਂ ਨੇ ਹੁਣ ਪੁੱਛਣਾ ਵੀ ਟੂਰਿਸਟ ਵੀਜ਼ਾ ਕਿਵੇਂ ਲੱਗਿਆ ਜੀ ਤੁਹਾਡਾ ਕੋਈ ਮੈਡੀਕਲ ਆਇਆ ਸੀ ਕੁਛ ਹੋਰ ਹੋਇਆ ਸੀ ਨਹੀਂ ਮੇਰਾ ਦੇਖੋ ਕੁਛ ਨਹੀਂ ਹੋਇਆ ਹੈਗਾ ਜੀ ਮੇਰੇ ਡਿਪਾਰਟਮੈਂਟ ਕੋਲ NOC ਹੋਈ ਸੀ ਉਹਦੇ ਆਧਾਰ 'ਤੇ ਮੁੜ ਕੇ ਮੇਰਾ ਇੱਥੋਂ ਵੀਜ਼ਾ ਲੱਗ ਗਿਆ ਜੀ ਮੈਂ ਛੁੱਟੀ ਲੈ ਕੇ ਮੈਂ ਕਿਹਾ ਮੈਂ ਤੁਹਾਨੂੰ ਡਿਪਾਰਟਮੈਂਟ ਤੋਂ ਇੱਥੇ ਆਸਟ੍ਰੇਲੀਆ ਆ ਗਿਆ ਉਹ ਜਿਹੜਾ ਕਈ ਪੁੱਛਦੇ ਨੇ ਨਾ ਮੈਡੀਕਲ ਆਉਂਦਾ ਮੈਡੀਕਲ ਆਉਂਦਾ ਜੇ ਉਹ ਏਜ 60+ ਹੈ ਅਤੇ ਉਸ ਤੋਂ ਬਾਅਦ ਉਹ ਮੈਡੀਕਲ ਮੰਗਦੇ ਨੇ ਕਿਉਂਕਿ ਉਦੋਂ ਫਿਰ ਏਜ ਹੋਈ ਹੁੰਦੀ ਉਦੋਂ ਡਰ ਹੁੰਦਾ ਉਹਨਾਂ ਨੂੰ ਕੋਈ ਬਿਮਾਰੀ ਨਾ ਹੋਵੇ ਤਾਂ ਕਰਕੇ ਉਹ ਮੰਗਿਆ ਜਾਂਦਾ ਮੈਡੀਕਲ ਅਦਰਵਾਈਜ਼ ਜੇ ਤੁਹਾਡੀ ਏਜ 60 ਤੋਂ ਡਾਊਨ ਹੈ ਤਾਂ ਤੁਹਾਡਾ ਮੈਡੀਕਲ ਨਹੀਂ ਮੰਗਿਆ ਜਾਂਦਾ ਅਤੇ ਵੀਜ਼ੇ ਦਾ ਪ੍ਰੋਸੈਸ ਪੇਰੈਂਟਸ ਵੀਜ਼ੇ ਦਾ ਪ੍ਰੋਸੈਸ ਅੱਜ ਕੱਲ੍ਹ ਮੈਕਸੀਮਮ 1 ਮਹੀਨਾ ਚੱਲਦਾ 1 ਮਹੀਨੇ ਦੇ ਵਿੱਚ ਵੀਜ਼ਾ ਆ ਰਿਹਾ ਹੈਗਾ ਅਤੇ ਆਕਾਸ਼ ਹੋਰ ਕੋਈ ਪੁੱਛਣਾ ਹੋਵੇ ਬਸ ਚਲੋ ਫਿਰ ਕਰ ਖਤਮ ਠੀਕ ਹੈ ਜੀ ਇਹ ਸੀ ਵੀਡੀਓ ਧੰਨਵਾਦ ਅੰਕਲ ਜੀ ਓਕੇ ਸਤਿ ਸ਼੍ਰੀ ਅਕਾਲ